ਓ ਮਿਰਚੀ। ਹਾਂਜੀ ਸਰ। ਆਪਣਾ ਸਾਹਿਲ ਕਿੱਥੇ ਰਹਿ ਗਿਆ ਅੱਜ? ਓ ਸਰ ਮੈਂ ਨਾ ਓ ਮੈਂ ਦੱਸਦਾ ਭਾਜੀ, ਮੈਂ ਦੱਸਦਾ ਤੈਨੂੰ ਮੈਂ ਕਿੱਥੇ ਰਹਿ ਗਿਆ, ਮੈਂ ਦੱਸਦਾ ਤੈਨੂੰ ਸਚਿਨ ਭਾਜੀ। ਪੁੱਛੋ ਪੁੱਛੋ ਇਹਨੂੰ, ਪੁੱਛੋ ਇਹਨੂੰ ਕੀ ਕੀਤਾ, ਪੁੱਛੋ ਕੀ ਕੀਤਾ ਬੇਟਾ। ਸ਼ਰਮਾ ਨਾ ਹੁਣ, ਸ਼ਰਮਾ ਨਾ, ਚੁੱਪ ਨਾ ਕਰ, ਦੱਸ ਜੀ ਇਸ ਨੂੰ ਕੀ ਕੀਤਾ ਤੂੰ? ਹੈ ਇਹਨੇ ਤਾਂ ਕੀ ਦੱਸਣਾ, ਮੈਂ ਦੱਸਦਾ, ਮੈਂ ਦੱਸਦਾ ਭਾਜੀ, ਮੈਨੂੰ ਕੋਸਟਿਊਮ ਦੇ ਵਿੱਚ ਇੱਕ ਕੁੰਡੀ ਲੈ ਕੇ ਆ ਗਈ। ਬੋਲੋ ਬੋਲੋ ਯਾਰ, ਕੌਣ ਲੌਕ ਕਰ ਗਿਆ ਮੈਨੂੰ? ਇਹ ਪੱਕਾ ਸਿਮਰਨ ਹੋਊਗੀ। ਓ ਖੋਲੋ ਬਈ, ਸਿਮਰਨ ਵੈਰੀ ਬੈਡ, ਕੁੰਡੀ ਕਿਉਂ ਲਈ ਸੀ? ਮੈਂ ਤਾਂ ਮਸਾ ਮਸਾ ਕੁੰਡੀ ਖੁਲਵਾ ਕੇ ਇੱਥੇ ਪਹੁੰਚਿਆ। ਸਚਿਨ ਸਰ, ਤੁਸੀਂ ਗੱਲ ਦੱਸੋ, ਅੱਜ ਨਵਦੀਪ ਨੇ ਆਣਾ ਸੀ ਜੀ, ਮੈਂ ਉਹਦੀ ਪਰਫਾਰਮੈਂਸ ਸੁਣਨੀ ਸੀ, ਨਾਲ ਉਹਦੇ ਨਾਲ ਗੱਲਬਾਤ ਵੀ ਕਰਨੀ ਸੀ, ਔਰ ਅਗਰ ਸਾਹਿਲ ਭਾਜੀ ਉਹਦੀ ਐਂਟਰੀ ਕਰਦੇ ਜਾਂ ਉਹਦਾ ਵੈਲਕਮ ਕਰਦੇ ਤੇ ਫਿਰ ਮੈਂ ਉਹਦੇ ਨਾਲ ਗੱਲਬਾਤ ਹੀ ਨਹੀਂ ਕਰ ਪਾਂਦੀ। ਉਹ ਮੈਂ ਪਤਾ ਕੀ ਕਹਿ ਰਿਹਾ ਸੀ ਤੈਨੂੰ, ਤੂੰ ਮੇਰੀ ਗੱਲ ਹੀ ਨਹੀਂ ਸੁਣੀ ਪੂਰੀ। ਮੈਂ ਕਹਿ ਰਿਹਾ ਸੀ ਕੁੰਡੀ ਇਕੱਲੀ ਕਿਉਂ ਲਗਾਈਏ, ਤਾਲਾ ਲਗਾ ਕੇ ਚਾਬੀ ਜਿਹੜੀ ਨਾ ਕਿਸੇ ਨਹਿਰ 'ਚ ਸਿੱਟ ਕੇ ਆਣੀ ਸੀ। ਕਰ ਲਓ ਘਿਓ ਨੂੰ ਭਾਂਡਾ। ਆ ਸਚਿਨ ਭਾਜੀ ਵੀ ਸਿਮਰਨ ਵਾਲਾ ਹੋ ਗਏ ਹੈ। ਕੋਈ ਗੱਲ ਨਹੀਂ, ਮੈਂ ਕਿੱਟੂ ਭਾਜੀ ਤੋਂ ਪੁੱਛਦਾ, ਕਿੱਟੂ ਭਾਜੀ ਇਹਨੂੰ ਸਜ਼ਾ ਮਿਲਣੀ ਚਾਹੀਦੀ ਹੈ ਕਿ ਨਹੀਂ? ਉਹ ਲੈ ਸਾਹਿਲ, ਫਿਰ ਕੀ ਹੋ ਗਿਆ ਯਾਰ, ਉਹ ਇੰਨੀ ਪਿਆਰੀ ਬੱਚੀ ਹੈ, ਉਹਨੇ ਮਜ਼ਾਕ ਕਰਤਾ, ਫਿਰ ਕੀ ਹੋ ਗਿਆ? ਇਹਦੇ ਲਈ ਉਹਨੂੰ ਸਜ਼ਾ ਨਹੀਂ ਬਲਕਿ ਇਨਾਮ ਮਿਲਣਾ ਚਾਹੀਦਾ। ਇਨਾਮ? ਬਿਲਕੁਲ ਬਿਲਕੁਲ, ਇਨਾਮ ਇਹ ਮਿਲਣਾ ਚਾਹੀਦਾ ਕਿ ਸਿਮਰਨ ਮੇਰੇ ਕੋਲ ਆ ਕੇ ਬੈਠੂਗੀ ਹੁਣ, ਤੂੰ ਇਕੱਲਾ ਹੀ ਸ਼ੋਅ ਨੂੰ ਅੱਗੇ ਵਧਾ। ਆ ਜਾ ਪੁੱਤਰ, ਆ ਜਾ। ਹਾਂ ਆਪਾਂ ਕਿੱਥੇ ਆ ਜਾ, ਸ਼ਾਬਾਸ਼। ਮਤਲਬ ਕੁੰਡੀ ਲਾਉਣ ਦਾ ਨਾਮ ਦੇ ਦਿੱਤਾ ਕਿੱਟੂ ਭਾਜੀ ਨੇ, ਹੈ।